ਅਸੀਂ ਲੁਧਿਆਣਾ ਦੇ D2 ਦਫ਼ਤਰ ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਖੜਿਆ। ਤੁਸੀਂ ਤਸਵੀਰਾਂ ਦੇਖ ਰਹੇ ਹੋ। ਤਸਵੀਰਾਂ ਦੇ ਵਿੱਚ ਇੱਥੇ ਕੁਝ ਲੋਕ ਨੇ ਜਿਹੜੇ ਬੈਠੇ ਨੇ। ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਜਿਹੜੇ ਇਹਨਾਂ ਲੋਕਾਂ ਦੇ ਵਿੱਚ ਇੱਕ ਸ਼ਖਸ ਨੇ ਕੌਂਸਲਰ ਨੇ, ਜਿਹੜੇ ਕਾਂਗਰਸ ਦੇ ਕੌਂਸਲਰ ਨੇ, ਕਾਂਗਰਸ ਦੇ ਮੌਜੂਦਾ ਕਾਂਗਰਸ ਦੇ ਕੌਂਸਲਰ ਨੇ ਪਰਮਿੰਦਰ ਸਿੰਘ ਲਾਪਰਾ, ਜਿਨ੍ਹਾਂ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਹੈਗਾ। ਧਰਨੇ ਦਾ ਕਾਰਨ ਕੀ ਹੈ ਇਹ ਵੀ ਇਹਨਾਂ ਤੋਂ ਪੁੱਛਾਂਗੇ, ਲੇਕਿਨ ਸਭ ਤੋਂ ਵੱਡੀ ਗੱਲ ਆ ਸੱਤਾਧਾਰੀ ਸਰਕਾਰ ਆ ਜਿਹੜੀ, ਉਹਦੇ ਖਿਲਾਫ ਇਹ ਜਿਹੜਾ ਧਰਨਾ ਦਿੱਤਾ ਜਾ ਰਿਹਾ। ਸਭ ਤੋਂ ਵੱਡੀ ਗੱਲ ਹੈ ਜਿਹੜਾ ਮੇਅਰ ਵੀ ਇੱਥੇ ਜਿਹੜਾ ਹੈਗਾ ਕਾਂਗਰਸ ਦਾ ਹੈਗਾ, ਕਾਂਗਰਸ ਦਾ ਕਬਜ਼ਾ ਹੈਗਾ ਨਗਰ ਨਿਗਮ ਤੇ, ਲੇਕਿਨ ਪਰ ਹਾਲਤ ਵੱਧ ਤੋਂ ਬੱਤਰ ਨੇ। ਅੱਜ ਸਰਕਾਰ ਦੇ ਖਿਲਾਫ ਧਰਨੇਬਾਜ਼ੀ ਹੋ ਰਹੀ ਹੈ। ਦੇਖੋ ਆਪਣੇ ਕੱਪੜੇ ਉਤਾਰ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ। ਰੋਸ ਪ੍ਰਦਰਸ਼ਨ ਕਰਨ ਦਾ ਕੀ ਕਾਰਨ ਅਸੀਂ ਜਾਣਾਂਗੇ, ਲੇਕਿਨ ਪਰ ਸਭ ਤੋਂ ਵੱਡੀ ਅਹਿਮ ਗੱਲ ਆ ਕਿਤੇ ਨਾ ਕਿਤੇ ਜਿੱਤੇ ਵਿਰੋਧੀ ਧਿਰਾਂ ਹਮੇਸ਼ਾ ਧਰਨੇ ਲਗਾਉਂਦੀਆਂ ਨੇ, ਰੋਸ ਪ੍ਰਦਰਸ਼ਨ ਕਰਦੀਆਂ ਨੇ, ਪਰ ਨਹੀਂ ਇੱਥੇ ਵਿਰੋਧੀ ਧਿਰ ਨਹੀਂ, ਖੁਦ ਕਾਂਗਰਸ ਦੇ ਕੌਂਸਲਰ ਨੇ ਜਿਹੜੇ, ਉਹਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ। ਕਾਰਨ ਦੀ ਗੱਲ ਕਰਦੇ ਆ। ਲਾਪਰਾ ਜੀ ਕਿਉਂ ਧਰਨਾ ਕੀ ਕਾਰਨ ਆ, ਕਿੱਥੇ ਆਏ ਹੋ ਧਰਨਾ ਲਾਉਣ ਲਈ? ਭਾਜੀ ਅਸੀਂ ਕਾਰਪੋਰੇਸ਼ਨ ਜ਼ੋਨ D2 ਦੇ ਬਾਹਰ ਬੈਠੇ ਆ। ਧਰਨਾ ਲਾਉਣ ਦਾ ਇੱਕੋ ਕਾਰਨ ਆ, ਦੁਨੀਆ 'ਚ ਸਭ ਤੋਂ ਅਨਮੋਲ ਚੀਜ਼ ਆ ਪਾਣੀ, ਤੇ ਬੰਦਾ ਸਵੇਰੇ ਉੱਠ ਕੇ ਆਪਦੇ ਘਰ ਦੀ ਟੂਟੀ ਖੋਲੇ, ਉਹਦੇ 'ਚ ਪਾਣੀ ਨਾ ਹੋਵੇ ਬਹੁਤ ਪਰੇਸ਼ਾਨ ਹੁੰਦਾ, ਤੇ ਉਹੀ ਕੰਮ 30 ਵਾਰ ਰਿਪੀਟ ਹੋ ਜੇ। 30 ਵਾਰ ਇਨ ਦਾ ਸੈਂਸ ਇੱਕ ਮਹੀਨੇ ਤੋਂ ਬੰਦੇ ਪਾਣੀ ਦੀ ਟੂਟੀ ਖੋਲਣ ਦੇ ਵਿੱਚੋਂ ਫਿਸ ਕਰਕੇ ਸਿਰਫ ਹਵਾ ਦੀ ਆਵਾਜ਼ ਆਵੇ ਤੇ ਪਾਣੀ ਨਾ ਆਵੇ ਤਾਂ ਉਹ ਕਿੱਧਰ ਜਾਣਾ। ਚਲੋ ਮੈਂ ਸ਼ਿਕਾਇਤਾਂ ਕੀਤੀਆਂ, ਹਰ ਪਿੱਲਰ ਟੂ ਪੋਸਟ ਗਿਆ, ਇਹਨਾਂ ਦੇ ਟੈਂਕਰ ਵੀ ਲਾਈ ਜਾਂਦਾ, ਪਰ ਜਦੋਂ ਟੈਂਕਰ ਉੱਥੇ ਜਾਂਦਾ ਜੋ ਉੱਥੇ ਦਾ ਨਜ਼ਾਰਾ ਹੁੰਦਾ ਨਾ, ਆ ਜਿਹੜੀਆਂ ਅੱਜ ਇਕੱਠੀਆਂ ਬੈਠੀਆਂ ਆਪਦੀਆਂ ਬਾਲਟੀਆਂ ਇੱਕ ਦੂਜੇ ਦੇ ਸਿਰ 'ਚ ਮਾਰ ਮਾਰ ਕੇ ਪਾਣੀ ਭਰਦੀਆਂ, ਵੀ ਇੱਕ ਬਾਲਟੀ ਪਾਣੀ ਅਸੀਂ ਪੂਰਾ ਦਿਨ ਰੋਟੀ ਪਾਣੀ ਬਣਾਉਣ ਨੂੰ ਤੇ ਪੀਣ ਨੂੰ ਘਰ ਨੂੰ ਲੈ ਜਾਈਏ। ਮਹੀਨੇ ਤੋਂ ਕੱਪੜੇ ਧੋਤੇ ਤੁਸੀਂ? ਨਹਾਤਾ ਕੋਈ ਮਹੀਨੇ ਤੋਂ? ਭਾਜੀ ਇੰਨੇ ਮਾੜੇ ਹਾਲਾਤ। ਫਿਰ ਜਦੋਂ ਮੈਂ ਫੈਡ ਅਪ ਹੋ ਗਿਆ, ਹਰ ਜਗ੍ਹਾ ਜਾ ਜਾ ਕੇ ਮੈਨੂੰ ਇਹ ਲੱਗਿਆ ਕਿ ਯਾਰ ਹਰ ਬੰਦਾ ਮੈਨੂੰ ਬੱਚਾ ਸਮਝ ਕੇ ਲੋਲੀਪੌਪ ਦੇ ਕੇ ਭੇਜ ਰਿਹਾ। ਉਹ ਬੰਦਿਆਂ ਨੂੰ ਮੈਂ ਕਿੰਨੀ ਗੱਲ ਕਹਿਦਾ। ਲਾਪਰਾ ਜੀ ਸਰਕਾਰ ਤੁਹਾਡੀ ਆ ਸੱਤਾ ਦੇ ਵਿੱਚੋਂ, ਤੇ ਫਿਰ ਵੀ ਇਸ ਤਰ੍ਹਾਂ ਕਰਨਾ ਪੈ ਰਿਹਾ। ਆਮ ਲੋਕਾਂ ਨੂੰ ਕੀ ਕਰਨਾ ਪਊਗਾ ਜਿਹੜੇ ਹੋਰ ਕਾਉਂਸਲਰ ਨੇ ਨਹੀਂ ਸੱਤਾ ਚਾਹੇ? ਭਾਜੀ ਆਮ ਲੋਕਾਂ ਦਾ ਮੈਨੂੰ ਇਹ ਪਤਾ ਹੈ ਕਿ ਜੇ ਆਮ ਲੋਕਾਂ ਨੇ ਮੈਨੂੰ ਵੋਟ ਪਾ ਕੇ ਚੁਣਿਆ ਤਾਂ ਇਹ ਸਿਰਫ ਲੜਾਈ ਦੱਸਣ ਲੜੂੰਗਾ ਆਪਦੇ ਵਾਰਡ ਦੀ, ਆਪਦੇ ਲੜਾਈ ਆਪ ਲੜੂੰਗਾ। ਆ ਪਿੱਛੇ D2 ਨੂੰ ਤਾਲਾ ਲਾਤਾ, ਆ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ, ਆ ਚਾਬੀ ਹੈ, ਆ ਚਾਬੀ ਹੈ। ਇਹਨਾਂ ਦੀ ਟੂਟੀਆਂ ਚੋਂ ਜਿਵੇਂ ਪਾਣੀ ਨਿਕਲੂਗਾ ਤਾਂ ਤਾਲਾ ਖੁੱਲ ਕੇ ਐਮਪਲੋਈ ਘਰੇ ਜਾਣਗੇ, ਨਹੀਂ ਤਾਂ ਜਿੰਨੀ ਦੇਰ ਪਾਣੀ ਨਹੀਂ ਆਉਂਦਾ। ਮੈਂ ਇੱਥੇ ਬੈਠਾ, ਇਹ ਨਾਲ ਬੈਠੇ ਆ, ਜਾਣ ਮੈਂ ਵੀ ਕਿਸੇ ਨੂੰ ਨਹੀਂ ਦਿੰਦਾ। ਜੇ ਕਾਰਪੋਰੇਸ਼ਨ ਵਾਲੇ ਕਿਸੇ ਜਿੰਨਾ ਦਮ ਹੈਗਾ ਬਿਨਾਂ ਪਾਣੀ ਲਾਇਆ ਚਾਬੀ ਮੇਰੇ ਤੋਂ ਆ ਕੇ ਖੋ ਸਕਦਾ, ਅੱਜ ਉਹ ਵੀ ਅਜਮਾ ਕੇ ਦੇਖ ਲਓ ਯਾਰ। ਵਿਰੋਧੀ ਧਿਰ ਜਿਹੜੇ ਇਲਜ਼ਾਮ ਲਾਉਂਦੀ ਆ, ਸਹੀ ਇਲਜ਼ਾਮ ਲਾਉਂਦੀ ਆ ਵੀ ਇਹਨਾਂ ਦੇ ਕੰਮ ਨਹੀਂ ਹੋ ਰਹੇ ਤੇ ਨਗਰ ਨਿਗਮ ਦੇ ਲੁਧਿਆਣਾ ਦੇ ਵਿੱਚ ਕੰਮ ਨਹੀਂ ਹੋ ਰਹੇ, ਲੋਕ ਪਰੇਸ਼ਾਨ ਨੇ, ਬਿਲਕੁਲ ਸਹੀ ਲਾ ਰਹੇ ਨੇ ਇਲਜ਼ਾਮ। ਭਾਜੀ ਮੈਨੂੰ ਕਿਸੇ ਦਾ ਤਾਂ ਪਤਾ ਨਹੀਂ, ਆਪਦੇ ਵਾਰਡ 'ਚ ਜਿੱਥੇ ਲੋਕਾਂ ਨੂੰ ਜੋ ਪਰੇਸ਼ਾਨੀ ਆਊਗੀ। ਇਹਨਾਂ ਨੇ ਮੈਨੂੰ ਵੋਟਾਂ ਪਾਈਆਂ, ਇਹਨਾਂ ਦੀ ਵੋਟਾਂ ਦੇ ਦਮ ਤੇ ਬਣਿਆ। ਮੈਂ ਕਿਸੇ ਸਰਕਾਰ ਦਾ ਨਹੀਂ, ਕਿਸੇ ਦਾ ਨਹੀਂ, ਮੈਂ ਤਾਂ ਲੋਕਾਂ ਦਾ। ਜੇ ਇਹਨਾਂ ਨੂੰ ਪਾਣੀ ਨਹੀਂ ਆ ਰਿਹਾ ਤਾਂ ਇੱਕ ਤਰ੍ਹਾਂ ਮੇਰੇ ਤੇ ਫਿੱਟ ਲਾਂਤ ਹੈ, ਕਿਉਂਕਿ ਮੈਂ ਇਹਨਾਂ ਦਾ ਚੁਣਿਆ ਨੁਮਾਇੰਦਾ। ਜੇ ਮੈਂ ਇਹਨਾਂ ਨੂੰ ਪਾਣੀ ਨਹੀਂ ਦਵਾ ਸਕਦਾ ਤੇ ਮੇਰੇ ਚੁਣੇ ਦਾ ਕੋਈ ਫਾਇਦਾ ਨਹੀਂ ਹੈ। ਸਟੈਪ ਚੱਕਾਂਗੇ ਅੱਜ ਜੇਕਰ ਜੇ ਨਾ ਤੁਸੀਂ ਉਹਦਾ ਕੀ ਸਟੈਪ ਚੱਕਿਆ ਜਾਊਗਾ? ਸਟੈਪ ਚੱਕਣਾ ਨਹੀਂ ਜੀ, ਹੁਣ ਤਾਂ ਬਹਿ ਗਏ, ਹੁਣ ਜਦੋਂ ਪਾਣੀ ਆਊਗਾ ਉਦੋਂ ਉੱਠਾਂਗੇ। ਉਨੀ ਦੇਰ ਉੱਠਦਾ ਮੈਂ ਵੀ ਨਹੀਂ। ਫਿਰ ਆਸ਼ਵਾਸਨ ਆਇਆ ਇੰਨੇ ਚਿਰ ਦੇ ਬੈਠੇ ਹੋ, ਕੋਈ ਮਿਲੇ ਤੁਹਾਨੂੰ ਆ ਕੇ ਕੋਈ ਅਧਿਕਾਰੀ? ਐਡੀਓ ਸਾਹਿਬ ਆਏ ਆ, ਇੱਥੇ ਖੜੇ ਸੀਗੇ, ਕਿਤੇ ਸੋਹਣੀ ਜੀ ਪੱਗ ਬੰਨੀ ਆ, ਪੂਰੇ ਆਇਰਨ ਕੱਪੜੇ ਪਾਏ ਸੋਹਣੇ ਜੇ। ਉਹ ਆ ਕੇ ਕਹਿੰਦੇ ਐਸੀ ਸਾਹਿਬ ਤੁਹਾਡੇ ਨਾਲ ਗੱਲ ਕਰਨਗੇ। ਮੈਂ ਕਿਹਾ ਹਲੇ ਵੀ ਗੱਲ ਹੀ ਕਰਨਗੇ। ਮੈਂ ਕਿਹਾ ਹੁਣ ਮੈਂ ਗੱਲ ਮੈਂ ਵੀ ਨਹੀਂ ਕਰਦਾ। ਪਾਣੀ ਨਹੀਂ ਆ ਰਿਹਾ, ਇੱਕ ਮਹੀਨੇ ਤੋਂ ਕੋਈ ਕੰਪਲੇਂਟ ਕੀਤੀ ਆ ਜਾਂ ਇਹਨਾਂ ਨੇ ਤੁਹਾਨੂੰ ਕੰਪਲੇਂਟ ਕੀਤੀ? ਤੁਸੀਂ ਮੇਅਰ ਸਾਹਿਬ ਨੂੰ, ਕਮਿਸ਼ਨਰ ਸਾਹਿਬ ਨੂੰ? ਭਾਜੀ ਰਿਟਨ ਕੰਪਲੇਂਟਸ ਟੂ ਈਚ ਐਂਡ ਐਵਰੀ ਅਥਾਰਟੀ। ਮੈਂ ਤੁਹਾਨੂੰ ਇੰਨਾ ਕਹਿਦਾ, ਪਿੱਲਰ ਟੂ ਪੋਸਟ ਹਰ ਦੌੜ ਭੱਜੀ ਆ, ਹਰ ਦੌੜ। ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ? ਸਰ ਕੁਝ ਨਹੀਂ, ਕਹਿੰਦੇ ਜੀ ਰੀਬੋਰ ਪਾਸ ਕਰ ਦਿੰਨੇ ਆ, ਕੱਲ ਤੋਂ ਕੰਮ ਸ਼ੁਰੂ ਹੋ ਜਾਊਗਾ। ਉਹ ਕੱਲ ਆਉਂਦੀ ਨੂੰ ਹੁਣ ਮਹੀਨਾ ਹੋ ਗਿਆ। ਚਲੋ ਕਮਿਸ਼ਨਰ ਸਾਹਿਬ ਨਵੇਂ ਆ, ਉਹਨਾਂ ਨੂੰ ਮੈਂ ਜ਼ਰੂਰ ਸ਼ਿਕਾਇਤ ਕੀਤੀ ਹੈ, ਪਰ ਉਹਨਾਂ ਨੂੰ ਵੀ ਸ਼ਿਕਾਇਤ ਕੀਤੇ ਨੂੰ 10 ਦਿਨ ਹੋ ਗਏ ਜੀ। ਬਿਲਕੁਲ ਹੋਰ ਵੀ ਇੱਥੇ ਬੈਠੇ ਨੇ ਜਿਨ੍ਹਾਂ ਨੂੰ ਪਾਣੀ ਕਿੰਨਾ ਚਿਰ ਹੋ ਗਿਆ ਪਾਣੀ ਨਹੀਂ ਆਇਆ? 1 ਮਹੀਨਾ ਹੋ ਗਿਆ ਸਾਡੇ ਪਾਣੀ ਨਹੀਂ ਆਇਆ। ਅਸੀਂ ਬਹੁਤ ਪਰੇਸ਼ਾਨ ਹੋਏ ਪਏ ਨੇ ਪਾਣੀ ਤੋਂ ਬਿਨਾਂ, ਨਹਾਣ ਨੂੰ, ਪੀਣ ਨੂੰ, ਕੱਪੜੇ ਧੋਣ ਨੂੰ, ਕਿਆ ਜੋਗਾ ਪਾਣੀ ਨਹੀਂ ਆ ਸਾਡੇ। पाजी पानी पीने के लिए भी पानी नहीं है, बिल्कुल भी मोटर भी खराब होने लग रही है, मोटर चला चला के असी कहाँ जाएंगे। बिल्कुल रोज प्रदर्शन कर रहे ने, पानी नहीं आ रहा 1 महीने तो। SDO साहब भी ने उन्होंने नाल गल करने की कोशिश करते हैं, की प्रॉब्लम आ, क्यों नहीं पानी आ रहा है? SDO साहब की कहना चाहते तुसीं, की हैगा मामला, क्यों नहीं पानी आ रहा 1 महीने? इहदा सर मैं हुणे दस के हटिया हुणे मैं भी पानी दा जी सिर्फ आह जून जुलाई महीने दे विच नॉर्मल एक तकरीबन हर साल ਜਿਹੜੇ ਵੀ ਇਦਾਂ ਦੇ ਏਰੀਏ ਨੇ, ਇੱਧਰ ਆਪਣੇ ਕੋਲੇ ਅੰਬੇਦਕਰ ਨਗਰ ਆ, ਗਿਆਸਪੁਰਾ, ਸਾਰੀ ਪੌਕਟ ਲਹਾਰੇ ਤੱਕ जून जुलाई महीने दे विच कुछ दिन टाइम विंडो अपने कोले आउंदी है जदों पानी दा लेवल ट्यूबलां दा घट जांदा मोटरां ओवर टाइम चलदियां ने ओवर टाइम चलण कारण मोटरां सड़ जांदियां ने। एक महीना हो गया एसडीओ साहब वो लोगों पीण वाला पानी महीना तां आपां सारी पॉकेट दी गल करदे ना। मैं एक महीने दा गलियां च ही हां, मैं अपने बाकी 9 दे 9 वार्ड छड्ड के मैं 48 नंबर च गेड़े दे रिहा सवेरे शाम। कोई लीकेज ट्रेस करनी, कोई फॉल्ट ट्रेस करना, कोई बोर की टाइमिंग सैट करनी, जो भी हो सकता पॉसिबल। कौंसलर साहब नूं इन्ना की लोड़ पै गई अज जिहड़ा कपड़े उतार के अपनी सरकार दे खिलाफ मौजूदा दे विच देखो टैक्नीकल बंदे नूं पता भी एक बोर फेल होया, एक महीना मेरा पहलां दा होमवर्क कीता होया भी पानी घटूगा, उहदा रिजल्ट यह आया भी रीबोर देता, आपां ट्यूबल दा रीबोर देता भी अपना कोई एक स्पैसिफिक फर्ज करो कोई भी एक बोर अपना डिस्चार्ज घट गया उहदा ਉਹਦੀ ਲਾਈਫ ਆਲਮੋਸਟ ਡੈਡ ਐਂਡ ਤੇ ਆ ਵੀ ਉਹਦੇ ਲਈ ਆਪਾਂ ਵੀ ਇਹਨਾਂ ਨੂੰ ਕਿਹਾ ਵੀ ਕੌਂਸਲਰ ਸਾਹਿਬ ਨੂੰ ਵੀ ਆਪਾਂ ਰੀਬੋਰ ਕਰਾ ਲਈਏ। ਰੀਬੋਰ ਦੀ ਫਾਈਲ ਰੈਡੀ ਹੋਈ, ਇਨ ਟਾਈਮ ਰੀਬੋਰ ਪਾਸ ਹੋ ਗਿਆ। ਜੋ ਇੱਕ ਟਾਈਮ ਵਿੰਡੋ ਟੈਂਡਰ ਲੱਗਣ ਵਾਲੀ ਹੁੰਦੀ ਆ, ਤੁਸੀਂ ਸਮਝ ਸਕਦੇ ਹੋ ਟੈਕਨੀਕਲ ਬੰਦੇ ਨੂੰ ਵੀ ਟੈਂਡਰ ਲੱਗਦੇ ਆ ਚੀਜ਼ ਦੇ, ਟੈਂਡਰ ਖੋਲਦੇ ਉਦੋਂ ਬੋਰ ਸ਼ੁਰੂ ਹੁੰਦਾ ਜੀ। ਇਹ ਉਹਦਾ ਰਿਜ਼ਲਟ ਆ। ਹੁਣ ਕੋਈ ਉੱਥੇ ਪਾਣੀ ਦਾ ਇੰਤਜ਼ਾਮ ਕਰ ਰਹੇ ਹੋ ਜਾਂ ਕੌਂਸਲਰ ਜੀ? ਇੱਕ ਤਾਂ ਮੈਂ ਪਾਣੀ ਦੀ ਲਾਈਨ ਪਵਾ ਰਿਹਾ ਜਿੱਥੋਂ ਤੱਕ ਪਾਣੀ ਆਉਂਦਾ, ਉਸ ਤੋਂ ਅੱਗੇ ਮੈਂ ਉਹਨੂੰ ਐਕਸਟੈਂਡ ਕਰਵਾ ਰਿਹਾ। 120 ਫੁੱਟ ਦਾ ਪਾਈਪ ਮੈਂ ਹੁਣ ਉੱਥੇ ਜਾ ਕੇ ਆਇਆ जी, वह जो भी हो सकता जी मैं थोड़ा अपडेट कर देना। वो प्लस ये है भी जे कोई लीकेज है जिथे पानी वेस्ट होंगे वो नाल दी नाल करवा रहे हैं भी कोई भी अपने छोटे तो छोटा क्लू भी मिले पानी क्यों नहीं आता, पानी वेस्ट होंगे। कोई खुली टूटी चल रही है लगातार, वो प्लग करवाइया मैं जिवें पार्कों के टूटियां चलदियां। इन्हों देखो जी मैं तो कमिट किया, मैं हुण भी उत्थों इन्होंने फोन करके बुलाया, ये इधर आ गए, मैं उत्थे सीगा अंबेदकर नगर च। हुण इन्हों एक टाइम विंडो मैं रिक्वेस्ट करनी है भी मैनूं जदों तक बोर लगदा एक तो उन्ना क मैनूं टाइम दे देण। सैकेंडली एक दिन का मैं टाइम वो मेरा ऑलमोस्ट 50 to 60% काम डन है जी पानी की लाइन जो पा रहे हैं। बिल्कुल एस डी ओ साहब का कहना है जोड़ा लोगों जोड़ा है मुश्किल का सामना जरूर करना पै रहा जो जून जुलाई का महीना आता जोड़ा है पानी की ज़्यादा जरूरत होंगी है। इस करके पहले ही जोड़ा सूँ भी कितना ना किते मुश्किल का सामना करना पै रहा। लेकिन पर तुसीं तस्वीरां देख सकते हो, तस्वीरां दे विच लगातार जोड़ा रोस प्रदर्शन हो रहा है। कांग्रेस के मौजूदा कौंसलर परमिंदर सिंह लापरा ਜਿਹੜੇ ਕਰ ਰਹੇ ਨੇ, ਉਹਨਾਂ ਦੇ ਫਾਦਰ ਵੀ ਕਾਂਗਰਸ ਦੇ ਵਿੱਚ ਸੀਨੀਅਰ ਲੀਡਰ ਨੇ, ਲੇਕਿਨ ਪਰ ਉਹਨਾਂ ਨੂੰ ਅੱਜ ਲੋੜ ਪੈ ਗਈ ਆ ਰੋਸ ਪ੍ਰਦਰਸ਼ਨ ਕਰਨ ਦੀ ਆਪਣੀ ਸਰਕਾਰ ਦੇ ਖਿਲਾਫ। ਇਹ ਨਗਰ ਨਿਗਮ ਦੇ ਵਿੱਚ ਵੀ ਮੇਅਰ ਕਾਂਗਰਸ ਦਾ ਹੈਗਾ, ਫਿਰ ਵੀ ਅੱਜ ਜਿਹੜਾ ਹੈਗਾ ਪਰਮਿੰਦਰ ਸਿੰਘ ਲਾਪਰਾ ਕਰ ਰਹੇ। ਤੁਸੀਂ ਦੇਖ ਸਕਦੇ ਹੋ ਜਿਹੜਾ ਕਾਂਗਰਸ ਦੀ ਕਾਰਗੁਜ਼ਾਰੀ ਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਕਾਫੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਨੇ ਤੇ ਇਸ ਮਾਮਲੇ ਤੇ ਲੋੜਾ ਦੇਖੋ ਕਿਸ ਤਰ੍ਹਾਂ ਲੋਕ ਨੇ ਜਿਹੜੇ ਪਰੇਸ਼ਾਨ ਨੇ। ਮਈ ਜੂਨ ਦੇ ਮਹੀਨੇ ਦੇ ਵਿੱਚ ਪਹਿਲਾਂ ਹੀ ਗਰਮੀ ਪੈ ਰਹੀ ਹੈ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ। ਹੁਣ ਪਰੇਸ਼ਾਨੀ ਹੈ ਜਿਹੜੀ ਇਹਨੂੰ ਦੂਰ ਕਰਨ ਲਈ ਐਸਡੀਓ ਸਾਹਿਬ ਵੱਲੋਂ ਕਹਿ ਤਾਂ ਦਿੱਤਾ ਗਿਆ ਹੈਗਾ, ਲੇਕਿਨ ਪਰ ਇੱਥੇ ਕੁਝ ਔਰਤਾਂ ਵੀ ਨੇ, ਉਹਨਾਂ ਨਾਲ ਗੱਲ ਕਰਨ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆਇਆ। ਪਾਣੀ ਕੋ ਹਮਕੋ ਬਹੁਤ ਪਰੇਸ਼ਾਨੀ ਹੋ ਰਹੀ ਹੈ, ਹਮਾਰੇ ਬੱਚੇ ਨਹਾਏ ਧੋ ਬਿਗਰ ऐसे ही रह रहे हैं। दिक्कत बहुत हो रही है, जब से लॉकडाउन लगा तब से हमको बहुत दिक्कत हो रही है पानी को। 2-3 साल हो गए पानी के कोई मदती नहीं करने को हो रहा। 2 साल हो गए ऐसे, पिछली साल भी ऐसे ही हुआ है, अब की साल भी हमें ऐसे ही हो रहा है। किसके घर में भी जाते हैं तो वो हटा लेते हैं, कीली कुंडा हटा लेते हैं, कोई पानी नहीं भरने देता है, लातों से बर्तन फेंक देते हैं। बिल्कुल तुसीं सुनिया है कई चिरे लंबे चिरां तो समस्या का सामना करना पै रहा है, इसते कोई भी हल नहीं हो रहा है। तुसीं देख सकदे हो सर, 1 महीना तो पूरा एक टोपा पानी भी नहीं आ रहा। कोई मरगत हो जाए, किसी का खुशी हो और जियो ना फोन करा, फोन नहीं चकदा। एक टंकर सिर्फ पानी का जावा पूरे इलाके में, लुगाई कटकट का मर जावा की छोटी पाड़ा वो की माँ पाड़ा है। पानी बिना इन्ने दुखी होए कोई हद नहीं, हमने तो ट्यूबवेल चाहिए। बिल्कुल ਜਿਹੜੀਆਂ तस्वीर लुधियाने तो तुसीं देख रहे हो, लुधियाना के वार्ड नंबर 48 के कौंसलर परमिंदर सिंह लापरा जो कि कांग्रेस के कौंसलर ने, लुधियाना के नगर निगम से कांग्रेस का ही कब्जा, कांग्रेस के मेयर ने, लेकिन पर उन्होंने अपनी सरकार के खिलाफ अज अपनी नगर निगम की जी मेयर के खिलाफ सरकार के खिलाफ धरना लगा पै रहा। कारण की है उन्होंने वार्ड के कुछ जो स्लम एरिया पैंदा उस पानी नहीं आ रहा। पिछले 1 महीने तो इन्होंने वालों लगातार इस संबंधी जोड़े अधिकारियों रिटर्न च कंप्लेंट भी दी गई, उन्होंने तो डिमांड की जा रही थी पानी की समस्या को हल किया जाए, लेकिन नहीं उन्होंने हल किया गया, जिसते अज मजबूरन उन्होंने धरना लाना पै रहा अपनी सरकार के खिलाफ। तो तुसीं सोच सकते हो जेकर सत्ताधारी सरकार दी कौंसलर इस तरह धरना लाउणगे तां आम जिहड़े दूसरे कौंसलर ने पार्टियां दा उन्हां दा की हाल होऊगा। ते नगर निगम दी कारगुजारी ते कई तरह दे अज सवाल खड़े हो रहे हैं। सो तुसीं जिहड़े तस्वीरां ने लुधियाना दे मॉडल टाउन एरिया दे विचों देख रहे हो, जिथे कि D2 दा दफ्तर आ उत्थे धरना ला के जिहड़ा रोस प्रदर्शन किया जा रहा हैगा। लुधियाना तो कैमरा पर्सन रोहित दे नाल तरसेम भारद्वाज।